ਇਹ ਗਾਇਜ ਵਿਕਨੋ ਐਜੂਕੇਸ਼ਨ ਜੀਕੇ ਤੋਂ ਗਾਇਜ ਜਿਹੜੇ ਕੈਂਡੀਡੇਟਸ ਨਿਰਾਸਨ ਕੀ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਜੋ ਅਸਾਮੀਆਂ ਨਿਕਲੀਆਂ ਸਨ ਪਹਿਲਾਂ ਉਹ ਗਵਰਨਮੈਂਟ ਵੱਲੋਂ ਵਾਪਸ ਲੈ ਲਈ ਗਈਆਂ ਸਨ ਉਹਨਾਂ ਦੇ ਲਈ ਅੱਛੀ ਖਬਰ ਹੈ ਬਹੁਤ ਹੀ ਅੱਛੀ ਖਬਰ ਇਹ ਹੈ ਕਿ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਨੇ ਅੱਜ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਨਿਊ ਵੈਕੈਂਸੀਜ਼ ਅਨਾਉਂਸ ਹੋ ਚੁਕੀਆਂ ਹਨ ਜੀ ਹਾਂ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਨਿਊ ਵੈਕੈਂਸੀਜ਼ ਹਨ ਉਹ ਅਨਾਉਂਸ ਹੋ ਚੁਕੀਆਂ ਹਨ ਅੱਜ 14 ਨੂੰ 2021 ਨੂੰ ਹੀ ਨੋਟੀਫਿਕੇਸ਼ਨ ਅਪਲੋਡ ਹੋਇਆ ਹੈ ਡਿਟੇਲ ਵਾਈਜ਼ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜਾਵੇਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲਾਸਟ ਡੇਟ ਲਾਸਟ ਡੇਟ ਜੋ ਰਹੇਗੀ ਉਹ ਰਹੇਗੀ 11 ਅਕਤੂਬਰ 2021 11 ਅਕਤੂਬਰ 2021 ਤੁਹਾਡੀ ਲਾਸਟ ਡੇਟ ਹੈ ਤਾਂ ਗਾਇਸ ਸਭ ਤੋਂ ਪਹਿਲਾਂ ਇਹ ਗੱਲ ਤੁਹਾਨੂੰ ਹੋਰ ਦੱਸ ਦਵਾਂ ਜਿਨ੍ਹਾਂ ਨੇ ਪਿਛਲੀ ਰਿਕਰੂਟਮੈਂਟ ਜੋ ਕਿ ਕੈਨਸਲ ਹੋ ਗਈ ਸੀ ਵਾਪਸ ਹੋ ਗਈ ਸੀ ਉਸ ਦੇ ਵਿੱਚ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਕੈਂਡੀਡੇਟਸ ਦੇ ਜੋ ਫੀਸ ਹੈ ਉਹ ਵਾਪਸ ਉਸੇ ਅਕਾਊਂਟ ਦੇ ਵਿੱਚ ਆ ਜਾਵੇਗੀ ਜਿਸ ਅਕਾਊਂਟ ਦੇ ਵਿੱਚ ਤੁਸੀਂ ਫੀਸ ਕਟਵਾਈ ਸੀ ਇਹ ਨਵੀਂ ਨੋਟੀਫਿਕੇਸ਼ਨ ਹੈ ਨਵਾਂ ਫਾਰਮ ਅਪਲਾਈ ਕਰਨਾ ਹੈ ਪਿਛਲੇ ਦਾ ਇਸ ਨਾਲ ਕੋਈ ਵੀ ਲਿੰਕ ਨਹੀਂ ਹੈ ਹੁਣ ਅਸਾਮੀਆਂ ਦੀ ਗੱਲ ਕਰਦੇ ਹਾਂ ਕੈਟਾਗਰੀ ਵਾਈਜ਼ ਜਰਨਲ ਦੀ 3273 ਅਨੁਸੂਚਿਤ ਜਾਤੀ ਐਮਬੀ 840 839 ਐਸਸੀ ਆਰਓ ਉਸ ਤੋਂ ਬਾਅਦ ਐਸਸੀ ਸਾਬਕਾ ਫੌਜੀ 168 168 ਐਸਸੀ ਸਾਬਕਾ ਫੌਜੀ ਆਰਓ ਐਸਸੀ ਆਰਓ ਖਡਾਰੀ ਐਮਬੀ 42 ਉਸ ਤੋਂ ਬਾਅਦ ਅਨੁਸੂਚਿਤ ਜਾਤੀ ਖਿਡਾਰੀ 42 ਪਛੜੀਆਂ ਸ਼੍ਰੇਣੀਆਂ ਜਾਨਕੀ BC ਦੀਆਂ 839 ਸਾਮੀਆਂ ਹਨ ਪਛੜੀਆਂ ਸ਼੍ਰੇਣੀਆਂ ਸਾਬਕਾ ਫੌਜੀ 168 ਖਿਡਾਰੀ ਜਰਨਲ 167 ਆਜ਼ਾਦੀ ਘੁਲਾਟੀ 84 ਸਾਬਕਾ ਫੌਜੀ ਜਰਨਲ 588 88 ਠੀਕ ਹੈ ਜੀ ਇਸ ਤੋਂ ਇਲਾਵਾ EWS ਇਕਨੋਮਿਕਲ ਵੀਕਰ ਸੈਕਸ਼ਨ ਦੀਆਂ 839 ਸਾਮੀਆਂ ਹਨ ਟੋਟਲ ਕੁੱਲ ਜੋ ਵੈਕੈਂਸੀਸ ਹਨ 8393 8393 ਟੋਟਲ ਵੈਕੈਂਸੀਜ਼ ਅਨਾਉਂਸ ਹੋਇਆ ਹਨ ਹੁਣ ਗੱਲ ਕਰਦੇ ਵਿਦਿਅਕ ਯੋਗਤਾ ਦੀ ਗਾਇਸ ਸਭ ਤੋਂ ਇੰਪੋਰਟੈਂਟ ਗੱਲ ਵਿਦਿਅਕ ਯੋਗਤਾ ਦੇ ਰਿਗਾਰਡਿੰਗ ਹੈ ਕਿਉਂਕਿ ਪਿਛਲਾ ਜੋ ਨੋਟੀਫਿਕੇਸ਼ਨ ਸੀ ਉਸ ਦੇ ਵਿੱਚ ਕਾਫੀ ਜ਼ਿਆਦਾ ਜਦੋਜਹਿਦ ਚੱਲੀ ਸੀ ਕੁਝ ਕੇਸ ਵੀ ਹੋਏ ਸੰਜਿਸ ਕਰਕੇ ਨੋਟੀਫਿਕੇਸ਼ਨ ਗਵਰਨਮੈਂਟ ਦੇ ਵੱਲੋਂ ਵਾਪਸ ਲੈ ਲਿਆ ਗਿਆ ਸੀ ਹੁਣ ਨਿਊ ਅਪਡੇਟਸ ਆਈ ਹੈ ਕੁਆਲੀਫਿਕੇਸ਼ਨ ਦੇ ਰਿਗਾਰਡਿੰਗ ਜੀ ਹਾਂ ਕੁਆਲੀਫਿਕੇਸ਼ਨ ਦੇਖਦੇ ਹਾਂ ਕਿ ਇਹ ਸੀਨੀਅਰ ਸੈਕੰਡਰੀ ਸਕੂਲ ਜਾਨਕੀ ਤੁਸੀਂ 12ਵੀਂ ਪਾਸ ਹੋਣੀ ਚਾਹੀਦੇ ਹੋ ਵਿਦ 45 ਪਰਸੈਂਟ ਮਾਰਕਸ ਸੈਕੰਡ ਨੰਬਰ ਤੁਹਾਡੇ ਕੋਲ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਦਾ ਜਾਂ ਫੈਡਰੇਸ਼ਨ ਆਫ ਆਫ ਨਾਟ ਲੈਸ ਦਨ 1 ਇਅਰ ਇੱਕ ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਤੁਹਾਡਾ ਇਹ ਜੋ ਹੈ ਸਰਟੀਫਿਕੇਟ ਡਿਪਲੋਮਾ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਦਾ ਇਹ ਤੁਹਾਡੇ ਕੋਲ ਹੋਣਾ ਕੰਪਲਸਰੀ ਹੈ ਪਿਛਲੀ ਵਾਰ ਵੀ ਇਹ ਮੰਗਿਆ ਸੀ ਥਰਡ ਵਨ ਜੋ ਐਡ ਕੀਤਾ ਹੈ ਇਹਨਾਂ ਨੇ ਸ਼ੁੱਡ ਹੈਵ 3 ਇਅਰਸ ਐਕਸਪੀਰੀਅੰਸ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਤੁਹਾਨੂੰ ਨੂੰ ਐਜੂਕੇਸ਼ਨ ਪ੍ਰੋਵਾਈਡਰ ਐਜੂਕੇਸ਼ਨ ਵਲੰਟੀਅਰ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ ਫਿਰ ਐਜੂਕੇਸ਼ਨ ਗਰੰਟੀ ਸਕੀਮ ਵਲੰਟੀਅਰ ਠੀਕ ਹੈ ਅਲਟਰਨੇਟਿਵ ਔਰ ਇਨ ਵਨੇਟਿਵ ਐਜੂਕੇਸ਼ਨ ਵਲੰਟੀਅਰ ਦਾ ਹੈ ਸਪੈਸ਼ਲ ਟ੍ਰੇਨਿੰਗ ਰਿਸੋਰਸ ਦਾ ਵਲੰਟੀਅਰ ਦਾ ਹੈ ਤਾਂ ਗਾਇਜ਼ ਤੁਸੀਂ ਅਪਲਾਈ ਕਰ ਸਕਦੇ ਹੋ ਅਦਰਵਾਈਜ਼ ਯੂ ਆਰ ਨਾਟ ਐਲੀਜੀਬਲ ਫੋਰ ਦਿਸ ਪੋਸਟ ਕਿੰਨੇ ਸਾਲ ਦਾ 3 ਸਾਲ ਦਾ ਐਕਸਪੀਰੀਅੰਸ ਕੰਪਲਸਰੀ ਹੈ ਜਿਨ੍ਹਾਂ ਕੋਲ ਇਹ 3 ਸਾਲ ਦਾ ਐਕਸਪੀਰੀਅੰਸ ਨਹੀਂ ਹੈ ਉਹ ਕੈਂਡੀਡੇਟਸ ਅਪਲਾਈ ਨਹੀਂ ਕਰ ਸਕਣਗੇ ਠੀਕ ਹੈ ਜੀ ਉਸ ਤੋਂ ਬਾਅਦ ਚੋਣ ਵਿਧੀ ਕਿਵੇਂ ਹੋਵੇਗੀ ਇਹਨਾਂ ਸਾਮੀਆਂ ਦੇ ਲਈ 100 ਨੰਬਰ ਦਾ ਲਿਖਤੀ ਟੈਸਟ ਲਿਆ ਜਾਵੇਗਾ ਆਬਜੈਕਟਿਵ ਟਾਈਪ ਪੇਪਰ ਹੋਵੇਗਾ ਇਸ ਦੇ ਵਿੱਚ ਜੋ ਮੈਰਿਟ ਵਾਈਜ਼ ਆਉਣਗੇ ਉਹਨਾਂ ਨੂੰ ਅੱਗੇ ਫੋਰ ਨੈਕਸਟ ਪ੍ਰੋਸੈਸ ਦੇ ਵਿੱਚ ਰੱਖਿਆ ਜਾਵੇਗਾ ਇਹ ਗੱਲ ਹੋਰ ਦੱਸ ਦਵਾਂ ਅਗਰ ਤੁਹਾਡੇ ਕੋਲ ਐਕਸਟਰਾ ਕੁਆਲਿਫਿਕੇਸ਼ਨ ਹੈ ਵਾਧੂ ਉੱਚੀ ਰਿ ਸਿੱਖਿਆ ਹੈ ਉਸਦੇ ਵੀ ਤੁਹਾਨੂੰ ਮਾਰਕਸ ਮਿਲ ਲਗੇ ਜਿਵੇਂ ਪਹਿਲੇ ਦਰਜੇ ਦੇ ਵਿੱਚ ਗ੍ਰੈਜੂਏਸ਼ਨ 5 ਮਾਰਕਸ ਦੂਜੇ ਦਰਜੇ ਵਿੱਚ 3 ਤੀਜੇ ਦਰਜੇ ਵਿੱਚ 2 ਮਾਰਕਸ ਤੁਹਾਨੂੰ ਦਿੱਤੇ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਤੁਹਾਡੀ ਜੋ ਹੈ ਤੁਹਾਡੀ ਸੈਲਰੀ ਕੀ ਹੋਵੇਗੀ ਚੁਣੇ ਗਏ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਵਿੱਚ ਵਿੱਤ ਵਿਭਾਗ ਪੰਜਾਬ ਦੇ ਪੱਤਰ ਨੰਬਰ ਐਨਏਐ 77 1700 2020 ਅਨੁਸਾਰ ਜੋ ਹੈ ਸੈਂਟਰ ਦਾ ਪੇਸਕੇ ਲਾਗੂ ਹੋਵੇਗਾ 3 ਸਾਲ ਦਾ ਤੁਹਾਡਾ ਪ੍ਰੋਵੀਸ਼ਨ ਹੋਵੇਗਾ ਠੀਕ ਹੈ ਜੀ 3 ਸਾਲ ਦਾ ਪਰਖ ਕਾਲ ਰੱਖਿਆ ਗਿਆ ਹੈ 25500 ਰੁਪਏ ਤੁਹਾਨੂੰ ਫਿਕਸ ਮਿਲਣਗੇ ਤਿੰਨਾਂ ਸਾਲਾਂ ਦੇ ਲਈ ਕੋਈ ਵੀ ਤੁਹਾਨੂੰ ਐਕਸਟਰਾ ਬੈਨੀਫਿਟਸ ਨਹੀਂ ਮਿਲਣਗੇ ਪਰਬੇਸ਼ਨ ਤੋਂ ਬਾਅਦ ਤੁਹਾਨੂੰ ਸਾਰੇ ਬੈਨੀਫਿਟਸ ਮਿਲਣਗੇ ਐਜ਼ ਪਰ ਸੈਂਟਰਲ ਗਵਰਨਮੈਂਟ ਦੇ ਹਿਸਾਬ ਦੇ ਨਾਲ ਇਸ ਦੀ ਗੱਲ ਕਰੀਏ ਤਾਂ ਗਾਇਜ਼ 1-1 21 ਨੂੰ 18 ਤੋਂ 37 ਸਾਲ ਤੱਕ ਏਜ ਹੋਣੀ ਚਾਹੀਦੀ ਹੈ ਰੈਲੈਕਸੇਸ਼ਨ ਕੈਟਾਗਰੀਜ਼ ਦੇ ਹਿਸਾਬ ਨਾਲ ਤੁਹਾਨੂੰ ਸਭ ਨੂੰ ਪਤਾ ਹੀ ਹੈ ਹੁਣ ਗੱਲ ਕਰੀਏ ਫੀਸ ਦੀ ਫੀਸ ਦੇ ਵਿੱਚ 1000 ਫੀਸ ਹੈ ਜਨਰਲ ਕੈਟਾਗਰੀ ਦੇ ਕੈਂਡੀਡੇਟਸ ਦੀ ਰਿਜ਼ਰਵ ਕੈਟਾਗਰੀ ਐਸਸੀ ਐਸਟੀ ਦੀ 500 ਅਤੇ ਸਾਬਕਾ ਫੌਜੀ ਕੋਈ ਫੀਸ ਨਹੀਂ ਹੈ ਜਨਕੀ ਐਸਸੀ ਦੀ 500 ਅਤੇ ਬਾਕੀ ਸਾਰੇ ਕੈਂਡੀਡੇਟਸ 1000 ਫੀਸ ਰਹੇਗੀ ਇਹ ਫਾਰਮ ਔਨਲਾਈਨ ਰਹੇਗਾ ਸਾਰੀ ਡਿਟੇਲ ਤੁਹਾਨੂੰ ਦੱਸ ਚੁੱਕਿਆ ਹਾਂ ਅਗਰ ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਗਾਇਸ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਇੱਕ ਵਾਰ ਫਿਰ ਤੋਂ ਕਲੀਅਰ ਕਰ ਦਵਾਂ ਕਿ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਉਸ ਦਾ ਇਸ ਦੇ ਨਾਲ ਕੋਈ ਲਿੰਕ ਨਹੀਂ ਹੈ ਇਹ ਨਿਊ ਫਰੈਸ਼ਰ ਰਿਕਰੂਟਮੈਂਟ ਹੈ ਉਸਦੀ ਫੀਸ ਤੁਹਾਨੂੰ ਵਾਪਸ ਆ ਜਾਵੇਗੀ ਇਸ ਦੇ ਵਿੱਚ ਅਲੱਗ ਤੋਂ ਅਪਲਾਈ ਕਰਨਾ ਪਏਗਾ ਦੁਬਾਰਾ ਤੋਂ ਫੀਸ ਪੇ ਕਰਨੀ ਪਵੇਗੀ ਠੀਕ ਹੈ ਜੀ ਲਾਸਟ ਡੇਟ ਇੱਕ ਵਾਰ ਫਿਰ ਨੋਟ ਕਰ ਲਵੋ 11 10 2021 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਵੀਡੀਓ ਅੱਛੀ ਲੱਗੀ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ ਜੋ ਚਾਹੁੰਦੇ ਸਨ ਕਿ ਇਹ ਰਿਕਰੂਟਮੈਂਟ ਕੈਨਸਲ ਨਾ ਹੋਵੇ ਦੁਬਾਰਾ ਆਵੇ ਤਾਂ ਆ ਚੁੱਕੀ ਹੈ ਇਸ ਦਾ ਲਿੰਕ ਤੁਹਾਨੂੰ ਦੇ ਦਿੱਤਾ ਜਾਵੇਗਾ ਤਾਂ ਕਿ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਓਕੇ ਗਾਇਜ਼ ਤੁਸੀਂ ਮੈਨੂੰ ਆਪਣਾ ਸਮਾਂ ਦਿੱਤਾ ਉਸ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ